ਮੈਂ ਨਾ ਇੱਕ ਚੀਜ਼ ਕਹਿਣਾ ਚਾਹੁੰਦਾ ਇਸ ਮੀਡੀਆ ਦੇ ਰਾਹੀਂ ਦੁਨੀਆ 'ਚ ਵੱਸਦੇ ਜਿੰਨੇ ਵੀ ਲੋਕ ਨੇ ਜੇ ਕਿਸੇ ਦੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਵੀ ਹੈ ਨਾ ਸੁਸਾਇਡ ਦਾ ਕਿਸੇ ਵੀ ਤੁਸੀਂ ਏਜ ਗਰੁੱਪ ਦੇ ਵਿੱਚੋਂ ਤੁਹਾਨੂੰ ਨਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਬਾਣੀ ਹੈ ਅਨੰਦ ਸਾਹਿਬ ਉਹਨੂੰ ਮੈਂ ਬਾਣੀ ਨਹੀਂ ਮੰਨਦਾ ਉਹਨੂੰ ਐਕਚੁਅਲ ਦੇ ਵਿੱਚ ਮੈਂ ਇੱਕ ਲਿਟਰੇਚਰ ਮੰਨਦਾ ਵੀ ਜਿਹੜਾ ਸਾਈਕੋਲੋਜੀਕਲੀ ਸਾਨੂੰ ਪ੍ਰੈਕਟੀਕਲ ਨੋਲਜ ਦਿੰਦਾ ਉਹ ਇਹ ਕਹਿੰਦੇ ਆ ਏ ਸ਼ਰੀਰਾ ਮੇਰਿਆ ਇਸ ਜਗ ਮਹਿ ਆਇਕੇ ਕਿਆ ਤੁਦ ਕਰਮ ਕਮਾਇਆ ਕੀ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਪਹਿਲਾਂ ਤਾਂ ਦੁਨੀਆ ਨੂੰ ਇਹੀ ਕਨਸੈਪਟ ਨਹੀਂ ਪਤਾ ਵੀ ਜਿਹੜਾ ਸਾਨੂੰ ਸ਼ਰੀਰ ਮਨੁੱਖਾ ਜਨਮ ਮਿਲਿਆ ਪ੍ਰੈਕਟੀਕਲੀ ਨਹੀਂ ਇਹਦੀ ਲੌਜੀਕਲੀ ਸਮਝ ਆਈ ਹੈ ਕਿ ਵੀ ਇਹ ਕਿਸ ਪਰਪਸ ਲਈ ਮਿਲਿਆ ਉਹਨਾਂ ਨੂੰ ਇਹ ਹੈ ਵੀ ਇਹ ਚੀਜ਼ ਇਹ ਸਿਰਫ ਸਰੀਰ ਸਾਨੂੰ ਮਿਲਿਆ ਇਹ ਲੋਕਾਂ ਨੂੰ ਦੁਖੀ ਕਰਨ ਲਈ ਹੈ ਜਾਂ ਆਪ ਦੁਖੀ ਹੋਣ ਲਈ ਹੈ ਅਕਸਰ ਦੇ ਵਿੱਚ ਇਹ ਸਰੀਰ ਮਿਲਿਆ ਸੀ ਉਸ ਪਰਮਾਤਮਾ ਵੱਲੋਂ ਦਾਤ ਸੀ ਬਲੇਸਿੰਗ ਸੀ ਕਿ ਵੀ ਤੈਨੂੰ ਮਨੁੱਖਾ ਜੀਵਨ ਮਿਲਿਆ ਤੂੰ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰ ਜਿੰਨੀਆਂ ਕਿ ਤੂੰ ਕੈਪੇਬਲ ਹੈਗਾ ਬਾਕੀ ਸਮਾਜ ਦੇ ਵਿੱਚ ਜਾ ਰਿਹਾ ਆਪਣੀ ਸਹੀ ਢੰਗ ਨਾਲ ਪਰਵਰਿਸ਼ ਆਪਣੀ ਕਰ ਤੇ ਬਾਕੀਆਂ ਦੀ ਵੀ ਕਰ ਜ਼ਰੂਰੀ ਨਹੀਂ ਤੁਸੀਂ ਇੱਕ ਜਗ੍ਹਾ ਫੇਲ ਹੋ ਗਏ ਤੇ ਤੁਸੀਂ ਹਾਰ ਗਏ ਜ਼ਿੰਦਗੀ ਦੇ ਵਿੱਚੋਂ ਇੱਕ ਜਰਨੀ ਹੈ ਸਾਡੀ ਜਰਨੀ ਦੇ ਵਿੱਚ ਕਿਤੇ ਰਸਤਾ ਖਰਾਬ ਆ ਗਿਆ ਕਿਤੇ ਟੋਏ ਟਿੱਬੇ ਆ ਗਏ ਕਿਤੇ ਐਕਸੀਡੈਂਟ ਮਿਲ ਗਿਆ ਤੇ ਅਸੀਂ ਇਹ ਥੋੜੀ ਉੱਥੇ ਖੜੇ ਰਵਾਂਗੇ ਤੇ ਮੂਵ ਔਨ ਨਹੀਂ ਹੋਵਾਂਗੇ ਜਾਂ ਸਾਡੀ ਕਾਰ ਦਾ ਕਿਸੇ ਨਾਲ ਐਕਸੀਡੈਂਟ ਹੋ ਗਿਆ ਤੇ ਅਸੀਂ ਉਹਦੇ ਬਚ ਗਏ ਤੇ ਇਹਦਾ ਕੀ ਮਤਲਬ ਹੈ ਵੀ ਬਸ ਹੁਣ ਅਸੀਂ ਅੱਗੇ ਜਾਣਾ ਹੀ ਨਹੀਂ ਹੈਗਾ ਐਦਾਂ ਨਹੀਂ ਕੁਝ ਹੁੰਦਾ ਲਾਈਫ ਵੀ ਸੇਮ ਵੇ ਹੈ ਟਰੈਵਲਿੰਗ ਇਜ਼ ਮਸਟ ਮੂਵ ਔਨ ਇਜ਼ ਮਸਟ ਉਹ ਕਹਿੰਦੇ ਦੁਨੀਆ ਦੇ ਹਰ ਵਿਕਾਰ ਹਰ ਨੈਗੇਟਿਵਿਟੀ ਤੋਂ ਮਨ ਚ ਵਸਾਈਏ ਜਦ ਕਿ ਤੈਨੂੰ ਵਸਾਉਣਾ ਉਸ ਕੁਦਰਤ ਦੀ ਸੋਚ ਨੂੰ ਚਾਹੀਦਾ ਸੀਗਾ ਇੱਕ ਦਰਖਤ ਨੂੰ ਉੱਪਰੋਂ ਵੱਢ ਦੋ ਉਹਦੀ ਜੜ੍ਹਾਂ ਸਾਬਤ ਰਹਿਣ ਉਹ ਦੁਬਾਰਾ ਫੇਰ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ ਉਹਨੂੰ ਵੀ ਪਤਾ ਵੀ ਮੈਂ ਮੂਵ ਔਨ ਹੋਣਾ ਪਰ ਇੱਕ ਇਨਸਾਨ ਹੈ ਜਿਹਦੀ ਮੱਤ ਵਿੱਚ ਰਤਨ ਜਵਾਹਰ ਮਾਨਕ ਨੇ ਐਨੀ ਕੀਮਤੀ ਤੋਂ ਕੀਮਤੀ ਸੋਚ ਹੈ ਧਰਮ ਗ੍ਰੰਥ ਲਿਟਰੇਚਰਸ ਪਏ ਨੇ ਵਧੀਆ ਤੋਂ ਵਧੀਆ ਸਾਡੇ ਲਈ ਟੀਚਰਸ ਨੇ ਜਿਹੜੇ ਸਾਨੂੰ ਗਾਈਡ ਕਰਦੇ ਨੇ ਸਭ ਤੋਂ ਸਰੇਸ਼ਟ ਸਾਡੇ ਮਾਪਿਓ ਨੇ ਕਦੇ ਕੋਈ ਵੀ ਦੁਨੀਆ ਦਾ ਮਾਪਿਓ ਚਾਹੁੰਦਾ ਵੀ ਮੇਰਾ ਬੱਚਾ ਸੁਸਾਈਡ ਕਰ ਲਵੇ ਉਹ ਹਮੇਸ਼ਾ ਗਾਈਡ ਕਰਦਾ ਬੇਟਾ ਐਦਾਂ ਨਹੀਂ ਐਦਾਂ ਕਰ ਲਾ ਐਦਾਂ ਨਹੀਂ ਐਦਾਂ ਕਰ ਲਾ ਪਰ ਉਹ ਜਿਹੜਾ ਡਿਪਰੈਸ਼ਨ ਵਾਲਾ ਪੇਸ਼ੈਂਟ ਹੈ ਜਾਂ ਓਵਰ ਸਟ੍ਰੈਸਡ ਹੈ ਜਾਂ ਲੋ ਫੀਲ ਕਰਦਾ ਉਹ ਇਹ ਸੋਚਦਾ ਵੀ ਮੇਰੇ ਹੀ ਕਿਸੇ ਨੂੰ ਪਰਵਾਹ ਨਹੀਂ ਹੈਗੀ ਉਹ ਇਹ ਸੋਚਦਾ ਹੈ ਵੀ ਦੁਨੀਆ ਦੇ ਉੱਤੇ ਸਿਰਫ ਮੈਂ ਹੀ ਸੀਗਾ ਜਾਂ ਜਿਹਨੂੰ ਮੈਂ ਪਿਆਰ ਕਰਦਾ ਸੀ ਫੋਰ ਐਗਜ਼ਾਮਪਲ ਕੋਈ ਲਵ ਅਫੇਅਰ ਹੈ ਵੀ ਉਹਨੂੰ ਮੇਰੀ ਕਦਰ ਸੀ ਉਹ ਮੈਨੂੰ ਧੋਖਾ ਦੇ ਗਿਆ ਹੁਣ ਮੈਨੂੰ ਦੁਨੀਆ ਤੇ ਕੋਈ ਨਹੀਂ ਪਿਆਰ ਕਰਦਾ ਐਦਾਂ ਦਾ ਕੁਛ ਨਹੀਂ ਹੁੰਦਾ ਹੈਗਾ ਤੁਸੀਂ ਆਪਣੇ ਆਪ ਨੂੰ ਪਹਿਲਾਂ ਜਾਣਨ ਦੀ ਕੋਸ਼ਿਸ਼ ਕਰੋ ਉਸ ਤੋਂ ਬਾਅਦ ਜਾ ਕੇ ਇਹ ਜਿਹੜਾ ਸੁਸਾਇਸਾਈਡ ਵਾਲਾ ਕਨਸੈਪਟ ਆ ਨਾ ਬਹੁਤ ਦੂਰ ਰਹ ਜੂਗਾ ਤੁਹਾਡੇ ਕੋਲੋਂ ਇਹ ਇਹ ਵੀ ਭਾਜੀ ਅੱਜ ਦੇ ਸਮੇਂ ਦੇ ਵਿੱਚ ਇੱਕ ਹੋਰ ਗੱਲ ਵੀ ਦੇਖਣ ਨੂੰ ਮਿਲ ਜਾਂਦੀ ਆ ਮੰਨ ਲਓ ਕਿਸੇ ਇਨਸਾਨ ਦੇ ਉੱਤੇ ਜੇ ਕੋਈ ਗਲਬਾਤ ਹੋ ਜਾਂਦੀ ਹੈ ਜ਼ਿੰਦਗੀ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਹੈ ਕਈ ਵਾਰ ਇਨਸਾਨ ਇਹ ਸੋਚ ਰੰਦਾ ਹੈ ਕਿ ਯਾਰ ਮੈਂ ਨਾ ਆਪਣੀ ਫੈਮਲੀ ਨੂੰ ਦੱਸਣਾ ਨਹੀਂ ਮੈਂ ਕੋਸ਼ਿਸ਼ ਕਰਨੀ ਹੈ ਕਿ ਯਾਰ ਚੱਲ ਬਾਰੋ-ਬਾਰ ਹੀ ਨਿਬੜ ਜਾਵੇ ਜੇ ਆਪਾਂ ਆਮ ਸ਼ਬਦਾਂ ਵਿੱਚ ਕਿ ਚੱਲ ਬਾਰੋ-ਬਾਰ ਘਰ ਦੇ ਬਾਹਰ-ਬਾਰ ਗੱਲ ਨਿਬੜ ਜਾਵੇ ਤਾਂ ਵਧੀਆ ਗੱਲ ਆ ਘਰ 'ਚ ਰੌਲਾ ਨਾ ਪਵੇ ਜਾਂ ਇਹ ਗੱਲ ਆ ਜਾਂਦੀ ਹੈ ਜਾਂ ਅਗਲੇ ਹੁੰਦਾ ਨਹੀਂਗਾ ਕਿ ਭਾਈ ਅਗਲਾ ਕਹਿੰਦਾ ਕਿ ਯਾਰ ਮੈਂ ਕਰ ਲੂੰਗਾ ਕੋਈ ਗੱਲ ਨਹੀਂ ਮੈਂ ਕਰ ਲੂੰਗਾ ਪਰ ਉਹ ਸ਼ੇਅਰ ਨਹੀਂ ਕਿਸੇ ਨਾਲ ਕਰਦਾ ਤਾਨੂੰ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਚਾਹੀਦਾ ਕਿ ਚੱਲ ਕਿਸੇ ਨਾਲ ਤਾਂ ਦੱਸੇ ਘਰ ਦੇ ਵਿੱਚ ਕਿਸੇ ਨਾਲ ਗੱਲ ਕਰ ਲਵੇ ਆਪਣੇ ਦੋਸਤਾਂ ਨਾਲ ਸ਼ਾਇਦ ਉਹ ਵੀ ਇੱਕ ਬਹੁਤ ਵੱਡਾ ਕਾਰਨ ਬਣ ਜਾਂਦਾ ਬਿਲਕੁਲ ਦੇਖੋ ਜਦੋਂ ਮੈਂ ਫੈਮਿਲੀ ਵਾਲਿਆਂ ਨੂੰ ਕਹਿਣਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਐਸੀ ਜੀ ਚੀਜ਼ ਨੋਟਿਸ ਕਰਨੀ ਸ਼ੁਰੂ ਕਰਦੇ ਹੋ ਨਾ ਵੀ ਇੱਕ ਮੈਂਬਰ ਘਰ ਦਾ ਪਹਿਲਾਂ ਤਾਂ ਬਹੁਤ ਖੁਸ਼ ਵਧੀਆ ਸੀਗਾ ਫਿਰ ਉਹ ਚੁੱਪ 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 ਰਹਿਣ ਲੱਗ ਗਿਆ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਚੁੱਪ ਰਹਿਣ ਲੱਗ ਗਿਆ ਸਮਝ ਲਓ ਬਾਹਰੋਂ ਚੁੱਪ ਐ ਪਰ ਉਹਦਾ ਮਨ ਅੰਦਰੋਂ ਇੰਨੇ ਬਾਅਵ ਰੋਲੇ ਖਾਂਦਾ ਐ ਤੁਸੀਂ ਸੋਚ ਵੀ ਨਹੀਂ ਸਕਦੇ ਸਾਡੇ ਨਾਲੋਂ ਵੱਧ ਉਹਦਾ ਦਿਮਾਗ ਚੱਲਦਾ ਹੋਊਗਾ ਕਿਉਂਕਿ ਜਿੰਨਾ ਬੰਦਾ ਬਾਹਰੋਂ ਚੁੱਪ ਐ ਅੰਦਰੋਂ ਉਨਾ ਹੀ ਉਹ ਦੁਖੀ ਐ ਕਿ ਅੰਦਰ ਜ਼ਿਆਦਾ ਦੁਖੀ ਹੋਣ ਕਰਕੇ ਉਹ ਬਾਹਰ ਕਿਸੇ ਨਾਲ ਆਪਣੀ ਫੀਲਿੰਗਸ ਐਕਸਪ੍ਰੈਸ ਨਹੀਂ ਕਰਦਾ ਪਰ ਇਹ ਨਹੀਂ ਹੈਗਾ ਵੀ ਜੋ ਨਹੀਂ ਬੋਲਦਾ ਤਾਂ ਤੁਸੀਂ ਵੀ ਨਹੀਂ ਬੁਲਾਉਣਾ ਤੁਸੀਂ ਉਹਨੂੰ ਛੱਡ ਦੇਣਾ ਉਹਦੇ ਹਾਲਾਤਾਂ ਦੇ ਉੱਤੇ ਤੇ ਜਿਹੜੇ ਇਹ ਸਰਵਾਈਵਰ ਨੇ ਜਾਂ ਜਿਹੜੇ ਜਿਨ੍ਹਾਂ ਦੇ ਉੱਤੇ ਇਹ ਚੀਜ਼ਾਂ ਬੀਤ ਰਹੀਆਂ ਨੇ ਜਾਂ ਜਿਹੜੇ ਓਵਰ ਸਟ्रेस ਜਾਂ ਡਿਪਰੈਸ਼ਨ 'ਚ ਨੇ ਵੀ ਸੁਸਾਈਡ ਕਰਨ ਦੀ ਬਾਰੇ ਤੁਸੀਂ ਸੋਚ ਰਹੇ ਹੋ ਜਾਂ ਅਟੈਂਪਟ ਕਰ ਚੁੱਕੇ ਪਰ ਤੁਸੀਂ ਬਚ ਗਏ ਮੈਂ ਇੱਕ ਚੀਜ਼ ਕਹਿਣਾ ਜੋ ਵੀ ਪ੍ਰੋਬਲਮ ਹੈ ਉਹਦਾ ਸੋਲੂਸ਼ਨ 100% ਹੁੰਦਾ ਤੁਸੀਂ ਕਦੇ ਵੀ ਇਹ ਚੀਜ਼ ਨਾ ਸੋਚੋ ਵੀ ਮੇਰੀ ਪ੍ਰੋਬਲਮ ਦਾ ਕੋਈ ਸੋਲੂਸ਼ਨ ਹੀ ਨਹੀਂ ਹੈਗਾ ਕਿਉਂਕਿ ਕੁਦਰਤ ਨੇ ਦੁਨੀਆ ਦੇ ਉੱਤੇ ਇਪ ਇਨਸਾਨ ਨੂੰ ਇੰਨਾ ਕੈਪੇਬਲ ਜ਼ਰੂਰ ਬਣਾਇਆ ਹੈ ਉਹ ਆਪਣੇ ਹਾਲਾਤਾਂ ਦੇ ਨਾਲ ਜੂਝ ਕੇ ਉਹਦੇ ਵਿੱਚੋਂ ਕਾਮਯਾਬੀ ਦੇ ਨਾਲ ਬਾਹਰ ਨਿਕਲ ਸਕਦਾ ਹੈ ਸਿਰਫ ਕਈ ਵਾਰੀ ਸਾਡੀ ਜਿੱਦ ਹੁੰਦੀ ਹੈ ਜਿੱਦ ਅੱਗੇ ਨਹੀਂ ਕਾਮਯਾਬੀਆਂ ਮਿਲਦੀਆਂ ਕਾਮਯਾਬੀਆਂ ਮਿਲਦੀਆਂ ਫਲੈਕਸੀਬਲ ਨੇਚਰ ਦੇ ਨਾਲ ਮੋਲਡਿੰਗ ਹੋਣ ਦੇ ਨਾਲ ਆਪਣੇ ਆਪ ਨੂੰ ਸਮਝਦਾਰੀ ਵਾਲੇ ਰਸਤੇ ਤੇ ਲੈ ਕੇ ਜਾਣ ਵਾਲੀ ਕਾਮਯਾਬ ਹੋਵਾਂਗੇ ਜਿੱਦ ਕਦੇ ਵੀ ਜਿੱਦ ਹਮੇਸ਼ਾ ਸਾਨੂੰ ਨੁਕਸਾਨ ਵਾਲੇ ਪਾਸੇ ਲੈ ਕੇ ਜਾਂਦੀ ਹੈ ਜਿੱਦ ਕਰਕੇ ਹੀ ਸੁਸਾਈਡ ਹੁੰਦੇ ਨੇ